ਸ਼ੁਰੂ। ਭਾਜੀ ਜਿਹੜੀ ਤੁਸੀਂ ਪਾਸਟਰ ਸਾਹਿਬ ਜਿਹੜੀ 19 ਦਸੰਬਰ ਨੂੰ ਸ਼ੋਭਾ ਯਾਤਰਾ ਕੱਢ ਰਹੇ ਹੋ ਵੱਡੇ ਦਿਨ ਦੇ ਸੰਬੰਧ ਚ, ਉਸ ਬਾਰੇ ਜਾਣਕਾਰੀ। ਸੋ ਮੇਰੇ ਵੱਲੋਂ ਸਾਰੀ ਮਸੀਹ ਸੰਗਤ ਨੂੰ ਔਰ ਸਾਰੇ ਭਾਈਚਾਰੇ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਇਸ ਜਗ੍ਹਾ ਤੇ ਇਕੱਠੇ ਜੋ ਹੋਏ ਆ, ਮੇਰਾ ਨਾਮ ਪ੍ਰੋਫਟ ਜੈਪਾਲ ਜੀ, ਮੇਰਾ ਨਾਮ ਪਾਸਟਰ ਕੁਲਦੀਪ ਮੈਥਿਊ, ਪਾਸਟਰ ਅਜਮੇਰ ਮਸੀਹ ਜੀ, ਪਾਸਟਰ ਬਾਬਾ ਭੱਟੀ ਜੀ, ਸਾਡੇ ਪ੍ਰਧਾਨ ਸਤਪਾਲ ਜੀ, ਪਿਆਰਾ ਗਿੱਲ ਜੀ, ਪਾਸਟਰ ਪ੍ਰੇਮ ਜੀ, ਪਾਸਟਰ ਸੈਮ ਜੀ, ਪਾਸਟਰ ਅਕਬਰ ਜੀ, ਪਾਸਟਰ ਪਤਰਸ ਜੀ, ਔਰ ਪਾਸਟਰ ਦੀਪਕ ਤੇਜੀ ਜੀ, ਭਾਈ ਸਟੀਫਨ ਜੀ, ਭਾਈ ਹੈਪੀ ਜੀ, ਔਰ ਸਾਰੇ ਮਿਲ ਕੇ ਇਸ ਜਗ੍ਹਾ 'ਤੇ ਅਸੀਂ ਇੱਕ ਇਨਵੀਟੇਸ਼ਨ ਦੇਣ ਆਏ ਸਾਰੇ ਭਾਈਚਾਰੇ ਨੂੰ ਕਿ 19 ਤਰੀਕ ਦਿਨ ਸੋਮਵਾਰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਾਡੀ ਇੱਕ ਮਸੀਹ ਸ਼ੋਭਾ ਯਾਤਰਾ ਪ੍ਰਭ ਯਸ਼ੂ ਮਸੀਹ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਾਰੇ ਇਲਾਕਿਆਂ ਵਾਸੀਆਂ ਨੂੰ ਅਸੀਂ ਖੁਸ਼ਖਬਰੀ ਦੇਣ ਜਾ ਰਹੇ ਹਾਂ। ਇਹ ਸ਼ੋਭਾ ਯਾਤਰਾ ਫਿਰੋਜ਼ਪੁਰ ਕੈਂਟ ਸੀਐਨਏ ਚਰਚ ਤੋਂ ਸ਼ੁਰੂ ਹੋ ਕੇ ਲਾਲਕੋਟ ਦੀ ਅੱਡਾ, ਆਪਣੇ ਕੈਂਟ ਬਾਜ਼ਾਰ, ਪਾਇਲਟ ਚੌਂਕ, DC ਮਾਡਲ ਸਕੂਲ, ਗੁਰੂ ਨਾਨਕ ਕਾਲਜ, ਬਸਤੀ ਟੈਂਕਾਂ ਵਾਲੀ, ਮਿਸ਼ਨ ਹੌਸਪੀਟਲ, ਉਸ ਤੋਂ ਬਾਅਦ ਪੁਲ ਦੀ ਉੱਪਰ ਹੁੰਦੇ ਹੋਇਆ ਆਪਣੇ ਦਿੱਲੀ ਗੇਟ ਤੋਂ ਉੱਪਰੋਂ ਆ ਕੇ ਸਿਟੀ ਚਰਚ ਸੀਐਨਏ ਚਰਚ ਵਿੱਚ ਸਮਾਪਤ ਹੋਏਗਾ। ਔਰ ਅਸੀਂ ਇਸ ਜਗ੍ਹਾ 'ਤੇ ਇਹੋ ਸੰਦੇਸ਼ ਦੇਣ ਆਏ ਹਾਂ ਕਿ ਸਾਰੀਆਂ ਸੰਗਤਾਂ ਮਸੀਹ ਭਾਈਚਾਰਾ ਹੋਮ ਹਮਾ ਆ ਕੇ ਇਸ 19 ਤਰੀਕ ਨੂੰ ਦਿਨ ਸੋਮਵਾਰ ਫਿਰੋਜ਼ਪੁਰ ਕੈਂਟ ਸ਼ੋਭਾ ਯਾਤਰਾ ਵਿੱਚ ਪਹੁੰਚੋ, ਕਿਉਂਕਿ ਅਸੀਂ ਸਾਰੇ ਮਿਲ ਕੇ ਅਸੀਂ ਆਪਣੇ ਪਰਮੇਸ਼ਰ ਪ੍ਰਭ ਯਸ਼ੂ ਮਸੀਹ ਦੀ ਸ਼ੋਭਾ ਨੂੰ ਵਧਾਉਣ ਜਾ ਰਹੇ ਹਾਂ। ਆਪਾਂ ਜਾਣਦੇ ਕਿ ਪੂਰੇ ਵਿਸ਼ਵ ਦੇ ਵਿੱਚ 25 ਦਸੰਬਰ ਨੂੰ ਕ੍ਰਿਸਮਸ ਮਨਾਇਆ ਜਾਂਦਾ ਹੈ। ਕ੍ਰਿਸਮਸ ਦਾ ਮਤਲਬ ਮਸੀਹਾਂ ਦਾ ਇਕੱਠ, ਮਸੀਹ ਪ੍ਰਭ ਯਸ਼ੂ ਦਾ ਜਨਮ ਦਿਹਾੜੇ ਦੀ ਖੁਸ਼ਖਬਰੀ। ਸੋ ਅਸੀਂ ਸੰਦੇਸ਼ ਦੇਣ ਆਏ ਹਾਂ ਸਾਰੇ ਮਸੀਹ ਭਾਈਚਾਰੇ ਨੂੰ ਕਿ ਤੁਸੀਂ 19 ਦਸੰਬਰ ਦਿਨ ਸੋਮਵਾਰ ਨੂੰ ਇਸ ਸ਼ੋਭਾ ਯਾਤਰਾ ਵਿੱਚ ਹੋਮ ਹਮਾ ਕੇ ਪਹੁੰਚੋ ਤਾਂ ਜੇ ਅਸੀਂ ਮਿਲ ਕੇ ਪ੍ਰਭ ਯਸ਼ੂ ਮਸੀਹ ਦੇ ਨਾਮ ਦੀ ਸ਼ੋਭਾ ਕਰ ਸਕੀਏ। ਇਸ ਸ਼ੋਭਾ ਯਾਤਰਾ ਦਾ ਕੀ ਮਕਸਦ ਹੈ? ਇਹ ਸ਼ੋਭਾ ਯਾਤਰਾ ਦਾ ਮਕਸਦ ਹੈ ਜੀ, ਪੂਰੇ ਮਾਨਵ ਜਾਤੀ ਨੂੰ, ਸਾਰੇ ਮਨੁੱਖਤਾ ਨੂੰ, ਸਾਰੇ ਭਾਈਚਾਰੇ ਨੂੰ ਸੰਦੇਸ਼ ਖੁਸ਼ਖਬਰੀ ਦਾ ਕਿ ਪਰਮੇਸ਼ਵਰ ਦਾ ਪੁੱਤਰ ਯਸ਼ੂ ਮਸੀਹ ਦੁਨੀਆਂ 'ਚ ਆਇਆ ਔਰ ਉਹਦੇ ਨਾਮ ਦੀ ਖੁਸ਼ਖਬਰੀ ਦਾ ਸੰਦੇਸ਼ ਸਭ ਨੂੰ ਦੇ ਰਹੇ ਹਾਂ। ਥੈਂਕ ਯੂ ਸੋ ਮਚ ਜੀ। ਤੁਹਾਡੇ ਨਾਲ ਪੌਲ ਸਾਹਿਬ ਬੈਠੇ ਨੇ, ਪਾਸਟਰ ਪੌਲ ਜੀ, ਤੁਸੀਂ ਵੀ ਇਸ ਮੌਕੇ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਕੀ ਜੀ, ਹਾਲੇਲੂਯਾ ਹਾਲੇਲੂਯਾ। ਸੋ ਪਰਮੇਸ਼ਰ ਤੋਂ, ਪਰਮੇਸ਼ਰ ਦੇ ਪ੍ਰੇਮੀਓ, ਇਹਦਾ ਮਕਸਦ ਇਹੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ 1 ਤਰੀਕ ਤੋਂ ਹੀ ਜਿਹੜਾ ਪੂਰਾ ਮਸੀਹ ਭਾਈਚਾਰਾ ਹੈ, ਸਰ ਮੇਰਾ ਸਾਰਾ ਸੰਦੇਸ਼ ਹੀ ਇਹੀ ਹੁੰਦਾ। ਹਾਂਜੀ ਜੀ, ਕੋਈ ਨਹੀਂ। ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਕੀ ਜੀ, ਹਾਲੇਲੂਯਾ। ਸੋ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ 1 ਤਰੀਕ ਤੋਂ ਹੀ ਜਿਹੜਾ ਪੂਰਾ ਮਸੀਹ ਭਾਈਚਾਰਾ ਹੈ ਔਰ ਸਾਰੇ ਪਾਸਟਰ ਸਾਹਿਬਾਨ ਨੇ, ਮਸੀਹ ਕੌਮ ਬੜੀ ਬਿਜ਼ੀ ਹੋ ਜਾਂਦੀ ਆ ਔਰ ਜਿਹੜੀ 19 ਤਰੀਕ ਦੀ ਸ਼ੋਭਾ ਯਾਤਰਾ ਵਾ ਇਹਦੇ ਵਿੱਚ ਅਸੀਂ ਇਹ ਪਹਿਲਾਂ ਇਹ ਪ੍ਰੋਗਰਾਮ ਇਸ ਲਈ ਕਰ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਜਿਹੜਾ 25 ਦਾ ਸਾਰੇ ਪਾਸਟਰ ਸਾਹਿਬਾਨਾਂ ਦਾ ਚਰਚ ਦੇ ਵਿੱਚ ਪ੍ਰੋਗਰਾਮ ਹੁੰਦਾ, 24 ਨੂੰ ਵੀ ਹੁੰਦਾ, 1 ਤਰੀਕ ਨੂੰ ਵੀ ਹੁੰਦਾ, ਇਹਦੇ ਵਿੱਚ ਅਸੀਂ ਸਾਰੇ ਸੰਸਾਰ ਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜਿਹੜਾ ਆਕਾਸ਼ ਦੇ ਵਿੱਚ ਬਿਰਾਜਮਾਨ ਪਰਮੇਸ਼ਵਰ ਆ ਤੇ ਉਹ ਧਰਤੀ ਤੇ ਆਇਆ ਸੀ ਇਸ ਦਿਨ ਦੇ ਵਿੱਚ ਔਰ ਉਹਦਾ ਸੁਨੇਹਾ ਹੈ ਜਿਹੜਾ ਇੱਕ ਸਵਰਗ ਦੂਤ ਨੇ ਦਿੱਤਾ, ਜਿਬਰਾਇਲ ਫਰਿਸ਼ਤਾ ਜਿਹੜਾ ਉਹ ਪ੍ਰਗਟ ਹੋਇਆ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਲਈ ਇੱਕ ਮੁਕਤੀਦਾਤਾ ਜਿਹੜਾ ਉਹ ਪੈਦਾ ਹੋਇਆ ਹੈ ਤੇ ਉਹ ਮੁਕਤੀਦਾਤਾ ਜਿਹੜਾ ਇਕੱਲੇ ਮਸੀਹਾਂ ਦੇ ਲਈ ਨਹੀਂ, ਇਕੱਲੀ ਜਿਹੜੀ ਈਸਾਈ ਕੌਮ ਦੇ ਲਈ ਨਹੀਂ ਬਲਕਿ ਪੂਰੇ ਜਗਤ ਦੇ ਲਈ, ਕਿਉਂਕਿ ਪਰਮੇਸ਼ਰ ਨੇ ਕਿਹਾ ਜਗਤ ਦੀ ਜੋਤੀ ਮੈਂ ਹਾਂ, ਉਹ ਪੂਰੇ ਜਿਹੜਾ ਸੰਸਾਰ ਦੇ ਲਈ ਮੁਕਤੀਦਾਤਾ ਹੈ। ਉਹ ਮੁਕਤੀਦਾਤਾ ਇਕੱਲੀ ਧਾਰਮਿਕਤਾ ਨੂੰ ਹੀ ਨਹੀਂ ਦਰਸਾਉਂਦਾ, ਉਹਦੇ ਵਿੱਚ ਜਿਹੜਾ ਉਹ ਮੁਕਤੀਦਾਤਾ ਨੇ ਸੰਦੇਸ਼ ਦਿੱਤਾ ਕਿ ਪਰਿਵਾਰ ਕਿੱਦਾਂ ਮਿਲ ਜੁਲ ਕੇ ਰਹਿਣ, ਆਪਣੇ ਮੁਲਕ ਕਿੱਦਾਂ ਅੱਗੇ ਜਾ ਸਕਦੇ ਨੇ, ਆਪਸੀ ਭਾਈਚਾਰਾ ਕਿੱਦਾਂ ਬਣਿਆ ਕਾਇਮ ਰਹਿ ਸਕਦਾ ਹੈ, ਸਮਾਜ ਦੇ ਵਿੱਚ ਅਸੀਂ ਸੇਵਾ ਕਿਵੇਂ ਕਰ ਸਕਦੇ ਹਾਂ ਤੇ ਜੀਸਸ ਦੇ ਸੰਦੇਸ਼ਾਂ ਤੇ ਲੋਕਾਂ ਨੂੰ ਅਸੀਂ ਚਲਾ ਦੱਸਣਾ ਹੁੰਦਾ ਹੈ ਕਿ ਉਹਦੇ ਜਿਹੜੇ ਮੇਨ ਸੰਦੇਸ਼ ਨੇ ਉਹ ਮਨੁੱਖਤਾ ਦੀ ਸੇਵਾ ਕਰਨੀ, ਵੈਲਫੇਅਰ ਦੇ ਕੰਮ ਕਰਨੇ।
और ए पूरे जो फिरोजपुर शहर और पंजाब जिन्हें भी लोग वेख रहे हैं असं उन्होंने इनवाइट करते हैं कि आओ मुक्तिदाता का जशन है जोड़ा 19 तरीक न 19 दिसंबर जोड़ा 10 बजे तो अभी शुरू हो जाना वा ये प्रोग्राम और ये पूरी मसीह कौम पास्टर साहबान मसीह लीडर और होर भी बहुत जथेबंदियां जेडे खुदावंद नहीं जानते वह भी इस खुशी के मौके पर पहुँच रहे हैं तो असं सारे का पहुँचन वेलकम करते हैं जी।